देखो बैठी शर्ट पाई हुई है, जैकेट पाई है उसने। ये तो आप पाया जी, तो आप ट्राई कर। अच्छा जिनी कट कुट के पानी पा दो, पहले अंदर बना ली फिर बाहर नहीं बना लगे। रिकॉर्डिंग भी होगी जो मैं बोल दी आएगी ना रिकॉर्डिंग आ जाती है परली जेब हाथ पाया हां जी ओ परली कार्ड है ओदे को ओ दूजा कार्ड है जेड़ा अपन नु दे दिया हुण बदलूगा हां तुसी भी तो मगरे खड़े हो तुसी ने ध्यान दता सोचता पे ਹਰਦੀਪ ਸਿੰਘ ਨਾਲ ਆ ਗਿਆ ਉਹ ਦੇਖੋ ਪਿੱਛੇ ਦੁਕਾਨ ਹੈ ਜੀ ਕਾਰ ਤਾਂ ਕੱਢਿਆ ਨਹੀਂ ਜੀ ਹੁਣ ਬਸ ਇਹ ਕੱਢੂਗਾ ਕਿੰਨੇ ਪੈਸੇ ਕਢਾ ਲਏ ਉਹਨਾਂ ਨੇ ਇਹ ਦੇਖੋ मोबाइल हो गए कल भी बदलिया चंगी तरह देखा कोटड़ा पासवर्ड वगैरा भी की ला रहे हो की नहीं नंबर भरे ने लोग सेव कर ले पैसे ਦੋ ਨੰਬਰ ਇਹਨੂੰ ਕਹਿੰਦਾ ਦੱਬ ਦੇ ਆਪੇ ਦੱਬੇ ਆ ਦੇ ਕਿਉਂ ਮੈਸੇਜ ਆਉਣਾ ਹੈ ਉਹਨੂੰ ਰੱਖ ਲਿਆ ਕਾਰ ਸਹੀ ਤਰੀਕੇ ਤੇ ਹੁਣ ਆਊਗਾ ਮੈਸੇਜ ਬੰਦੇ ਦਾ ਪਤਾ ਚੱਲਾ ਕੌਣ ਥਾ मेरा नाम बलजिंदर कौर है जी। मैं अजकल टीचर की सेवा कटाला सीनियर सेकेंडरी स्कूल कटाला निभा रही हूँ। जदों जी असीं इत्थे आए एटीएम दे विच ਤਾਂ ਇੱਕ ਹੋਰ ਸਰਦਾਰ ਭਾਈ ਖੜਾ ਹੋਇਆ ਸੀ। ਅਸੀਂ ਦੋਨੋਂ ਹਸਬੈਂਡ ਵਾਈਫ ਆਏ ਤਾਂ
ਅਸੀਂ ਕਾਰਡ ਨੂੰ ਉਹਦੇ ਵਿੱਚ ਮਸ਼ੀਨ ਦੇ ਵਿੱਚ ਪਾਇਆ ਤੇ ਮਸ਼ੀਨ ਨੇ ਜੋ ਮੇਰੇ ਕੋਲੋਂ ਮੰਗਿਆ ਮਤਲਬ ਉਹ ਮੈਂ ਅਨਸਰ ਭਰੀ ਗਈ ਉਹਦੇ ਵਿੱਚ। ਉਸ ਤੋਂ ਬਾਅਦ ਕਾਰਡ ਚੱਲਿਆ ਨਹੀਂ। ਜਿਹੜਾ ਇੱਕ ਹੋਰ ਬੰਦਾ ਉੱਥੇ ਅਗਲੀ ਮਸ਼ੀਨ ਤੇ ਟਰਾਈ ਕਰ ਰਿਹਾ ਸੀਗਾ ਤੇ ਉਹ ਆ ਕੇ ਸਾਨੂੰ ਕਹਿੰਦਾ ਜੀ ਮੇਰਾ ਕਾਰਡ ਵੀ ਨਹੀਂ ਮਸ਼ੀਨ ਨੇ ਚੱਕਿਆ ਹੈਗਾ ਤੇ ਉਸ ਤੋਂ ਬਾਅਦ ਉਹ ਸਾਡੇ ਕੋਲ ਆ ਕੇ ਖੜ ਗਿਆ। ਅਸੀਂ ਉਹਨੂੰ ਕੁਛ ਨਹੀਂ ਜਵਾਬ ਦਿੱਤਾ ਹੈਗਾ, ਨਾ ਹਾਂ ਦਾ ਨਾ ਦਾ। ਤੇ ਅਸੀਂ ਦੂਜੀ ਵਾਰ ਕਾਰਡ ਮਸ਼ੀਨ ਦੇ ਵਿੱਚ ਫੇਰ ਪਾਤਾ ਜੀ। ਉਹ ਮੇਰਾ ਕਾਰਡ ਮਤਲਬ ਐਂ ਕਹਿੰਦਾ ਸੀਗਾ ਲਿਆਓ ਮੈਡਮ ਮੈਂ ਕਰਾਂ, ਮੈਂ ਉਹਨੂੰ ਕਰਨ ਨਹੀਂ ਦਿੱਤਾ ਹੈਗਾ। ਤੇ ਫਿਰ ਉਹ ਮੈਨੂੰ ਕਹਿੰਦਾ ਜੀ ਦੋ ਅੱਖਰ ਕੋਈ ਦਵਾ ਦਿਓ ਤੇ ਮੈਂ ਨਹੀਂ ਜੀ ਦਵਾਏ ਹੈਗੇ। ਉਸ ਤੋਂ ਬਾਅਦ ਮੈਨੂੰ ਕਹਿੰਦਾ ਉਹਨੇ ਕੋਈ ਅੱਖਰ ਦਵਾਤੇ, ਮੈਨੂੰ ਨਹੀਂ ਜੀ ਪਤਾ ਕਿਹੜੇ ਅੱਖਰ ਦੋ ਦਵਾਏ ਨੇ। ਉਸ ਤੋਂ ਬਾਅਦ ਉਹਨੇ ਕੀ ਕੀਤਾ ਜੀ ਮੈਨੂੰ ਕਹਿੰਦੇ ਸੀਕਰਟ ਕੋਡ ਭਰ ਦਿਓ ਤੇ ਮੈਂ ਭਰ ਦਿੱਤਾ ਜੀ। ਉਹ ਮੇਰੇ ਪਿੱਛੇ ਖੜਾ ਸੀਗਾ, ਉੱਥੋਂ ਹੀ ਉਹਨੇ ਉਹ ਨੰਬਰ ਨੋਟ ਕਰ ਲਿਆ ਜੀ। ਫਿਰ ਉਹਨੇ ਸਾਨੂੰ ਕੈਸ਼ ਨਹੀਂ ਨਿਕਲਿਆ ਕਾਰਡ, ਫਿਰ ਅਗਲੀ ਵਾਰੀ ਅਸੀਂ ਆਪ ਪਾਇਆ ਤੇ ਉਸ ਤੋਂ ਬਾਅਦ ਜੀ ਕਾਰਡ ਪਾਉਣ ਤੋਂ ਬਾਅਦ ਫਿਰ ਉਹਨੇ ਮੈਨੂੰ ਬੋਲਿਆ ਵੀ ਮੈਡਮ ਕੋਈ ਦੋ ਅੱਖਰ ਭਰ ਦਿਓ, ਮੈਂ ਨਹੀਂ ਜੀ ਭਰਿਆ ਹੈਗਾ। ਉਸ ਤੋਂ ਬਾਅਦ ਉਹ ਕਹਿੰਦੇ ਜੀ ਸੀਕਰਟ ਕੋਡ ਭਰ ਦਿਓ। ਚਲੋ ਮੈਂ ਭਰਤਾ ਜੀ ਤੇ ਉਸ ਤੋਂ ਬਾਅਦ ਕੋਈ ਹਸਬੈਂਡ ਮੈਨੂੰ ਮੈਸੇਜ ਦਿਖਾਉਣ ਲੱਗ ਗਏ। ਮੈਸੇਜ ਦਿਖਾਉਂਦੇ ਦਿਖਾਉਂਦੇ ਕਹਿੰਦੇ ਆਹ ਦੇਖੀ। ਚਲੋ ਸਾਨੂੰ ਦੋਨਾਂ ਨੂੰ ਮੈਸੇਜ ਨਹੀਂ ਸਮਝ ਲੱਗਿਆ ਹੈਗਾ ਮੈਸੇਜ ਸਮਝ। ਮੈਂ ਕਿਹਾ ਚਲੋ ਮੈਂ ਫਿਰ ਦੇਖਦੀ ਹਾਂ ਵੀ ਮੇਰੇ ਤੋਂ ਕੋਈ ਗਲਤ ਬਟਨ ਨਾ ਦਬਾ ਹੋ ਜਾਵੇ। ਤੇ ਅਸੀਂ ਫੇਰ ਟਰਾਈ ਕਰਦੇ ਰਹੇ ਉਹ ਬੱਚਿਆਂ ਵਾਂਗ। ਉਹ ਐਦਾਂ ਚਾਹੁੰਦਾ ਸੀਗਾ ਵੀ ਮੈਂ ਭਰਾਂ ਉਹਦੇ ਵਿੱਚ ਮਸ਼ੀਨ ਦੇ ਵਿੱਚ ਜੋ ਮਰਜ਼ੀ ਕਰਾਂ। ਤੇ ਉਸ ਤੋਂ ਬਾਅਦ ਜੀ ਉਹਨੇ ਕੀ ਕਰਿਆ ਉਹ ਕਾਰਡ ਉਹਦੇ ਵਿੱਚ ਮਸ਼ੀਨ ਦੇ ਵਿੱਚੋਂ ਕੱਢ ਕੇ ਆਪਣੇ ਹੱਥ ਵਿੱਚ ਫੜ ਲਿਆ। ਫੜਨ ਤੋਂ ਬਾਅਦ ਜੀ ਉਹ ਇੱਥੇ ਖੜਾ, ਮੇਰੇ ਹਸਬੈਂਡ ਇੱਥੇ ਖੜੇ ਨੇ, ਮੈਂ ਇੱਥੇ ਖੜੀ ਆ। ਉਹ ਐਦਾਂ ਹੀ ਉਹ ਪਿੱਛੇ ਨੂੰ ਹੱਥ ਕਰ ਰਿਹਾ ਐਦਾਂ ਐਦਾਂ ਕਰਦੇ ਕਰਦੇ ਜੀ ਉਹ ਸਾਡੇ ਨਾਲ ਕਾਰਡ ਚੇਂਜ ਕਰ ਗਿਆ ਜੀ, ਕਾਰਡ ਲੈ ਗਿਆ। ਕਾਰਡ ਲਿਜਾਣ ਤੋਂ ਬਾਅਦ ਅਸੀਂ ਆਪਣਾ ਘਰ ਨੂੰ ਚਲੇ ਗਏ। ਘਰ ਨੂੰ ਜਾਣ ਤੋਂ ਬਾਅਦ ਤੇ ਫਿਰ ਸਾਨੂੰ ਬਾਅਦ ਵਿੱਚ ਅਸੀਂ ਨਹੀਂ ਗੋਲਿਆ ਹੈਗਾ, ਫਿਰ ਵੀ ਸਾਨੂੰ ਮੈਸੇਜ ਆਏ। ਸਾਨੂੰ ਨਹੀਂ ਪਤਾ ਲੱਗਿਆ ਹੈਗਾ ਵੀ ਕੀ ਮੈਸੇਜ ਆਇਆ, ਅਸੀਂ ਦੇਖਿਆ ਨਹੀਂ ਆਪਣੇ ਕੰਮਾਂ ਕਾਰਾਂ 'ਚ ਘਰ ਜਾ ਕੇ ਲੱਗ ਗਏ। ਤੇ ਉਸ ਤੋਂ ਬਾਅਦ ਜੀ 4-5 ਵਜੇ ਮੇਰੇ ਬੇਟੇ ਦਾ ਫੋਨ ਆਇਆ ਉੱਠਦਿਆਂ ਨੂੰ 28 ਤਰੀਕ ਨੂੰ। ਹਾਂਜੀ 28 ਤਰੀਕ ਨੂੰ ਉੱਠਦਿਆਂ ਨੂੰ ਫੋਨ ਆਇਆ ਤੇ ਉਹ ਬੋਲੇ ਕਹਿੰਦੇ ਵੀ ਡੈਡੀ ਕੱਲ੍ਹ ਤੁਸੀਂ ਬੈਂਕ ਵਿੱਚ ਗਏ ਸੀ ਵੀ ਪੈਸੇ ਲੈ ਕੇ ਆਓ। ਕਹਿੰਦੇ ਹਾਂ ਵੀ ਗਏ ਸੀਗੇ ਵੀ ਕਾਰਡ ਨਹੀਂ ਸਾਡਾ ਚੱਲਿਆ, ਸਾਨੂੰ ਪੈਸੇ ਨਹੀਂ ਮਿਲੇ ਹੈਗੇ। ਤੇ ਉਹ ਕਹਿੰਦੇ ਵੀ ਚਲੋ ਮੰਮੀ ਨਾਲ ਗੱਲ ਕਰਾ ਦਿਓ ਨਾ। ਮੰਮੀ ਦਾ ਗੱਲ ਕਰਾਉਂਦੇ ਕਰਾਉਂਦੇ ਕਹਿੰਦੇ ਮੰਮੀ ਤੁਸੀਂ ਪੈਸੇ ਲੈ ਕੇ ਆਏ। ਮੈਂ ਕਿਹਾ ਵੀ ਪੈਸੇ ਅਸੀਂ ਕਾਰਡ ਟਰਾਈ ਕੀਤੀ ਵੀ ਕਾਰਡ ਚੱਲਿਆ ਨਹੀਂ। ਕਹਿੰਦੇ ਮੰਮੀ ਉਹ ਤਾਂ ਪੈਸੇ ਕੋਈ ਲੈ ਗਿਆ। ਮੈਂ ਕਿਹਾ ਚੱਲ ਠੀਕ ਆ, ਲੈ ਗਏ ਕਿੰਨੇ ਕੁ ਲੈ ਗਏ? ਚਲੋ ਉਹਨੇ ਮੈਨੂੰ ਹੌਲੀ ਦੇਣੇ ਦੱਸਤਾ, ਕਹਿੰਦਾ ਮੰਮੀ 10-10 ਹਜ਼ਾਰ ਕਰਕੇ ਉੱਥੋਂ ਕੱਢਿਆ ਤੇ ਤੁਹਾਡਾ ਵੀ ਅਸ਼ੋਕਾ ਦੇ ਜਾ ਕੇ ਜੂਲਰ ਦੇ ਉਹਨੇ 67 ਹਜ਼ਾਰ ਦੀ ਪੇਮੈਂਟ ਕੀਤੀ ਹੈ ਤੁਹਾਡੇ ਕਾਰਡ ਦੇ ਥਰੂ। ਤੇ ਉਸ ਤੋਂ ਬਾਅਦ ਜੀ ਚਲੋ ਕੀ ਹੋਇਆ ਫਿਰ ਸਾਡੇ ਨਾਲ ਇੱਦਾਂ ਹੋਇਆ। ਫਿਰ ਅਸੀਂ ਅਗਲੇ ਦਿਨ ਫਿਰ ਇੱਥੇ ਬੈਂਕ ਦੇ ਵਿੱਚ ਆਏ ਤੇ ਮੈਨੇਜਰ ਸਾਹਿਬ ਨੂੰ ਦੇਖ ਕੇ ਅਸੀਂ ਕੈਮਰੇ ਦੇ ਵਿੱਚ ਮੈਂ ਉਹ ਬੰਦਾ ਪਛਾਣ ਲਿਆ ਤੇ ਪਛਾਣ ਹੁੰਦਾ ਸੀਗਾ। ਤੇ ਫਿਰ ਅਸੀਂ ਅਸ਼ੋਕਾ ਦੇ ਗਏ, ਅਸ਼ੋਕਾ ਨੇ ਸਾਨੂੰ ਸਾਰੀ ਵੀਡੀਓ ਬਣਾ ਕੇ ਦਿੱਤੀ ਹੈ ਜੀ ਉਹ ਮੇਰੇ ਕੋਲ ਇਸ ਟਾਈਮ ਹੈਗੀ ਆ। ਹਾਂਜੀ ਅਸੀਂ ਤਲਾਹ ਦਿੱਤੀ। ਅਜੇ ਕੁਛ ਨਹੀਂ ਕਿਹਾ ਜੀ ਅਸੀਂ। ਫਿਰ ਉਸ ਤੋਂ ਬਾਅਦ ਥਾਣੇ ਗਏ, ਕਚਹਿਰੀਆਂ ਰਿਪੋਰਟ ਲਿਖਾਈ। ਰਿਪੋਰਟ ਲਿਖਾਉਣ ਤੋਂ ਬਾਅਦ ਸਾਨੂੰ ਕਹਿੰਦੇ ਜੀ ਖੰਨੇ ਕਿਹੜਾ ਉਹ ਸੈੱਲ ਹੈਗਾ। ਹਾਂਜੀ ਉਹ ਸੈੱਲ ਉੱਥੇ ਅਸੀਂ ਦੇ ਕੇ ਆਏ ਪਰ ਮਤਲਬ 28 ਤਰੀਕ ਨੂੰ ਇੱਥੋਂ ਅਸੀਂ 4:15 ਵਜੇ ਚੱਲੇ ਤੇ ਅਸੀਂ 5 ਵਜੇ ਉੱਥੇ ਪਹੁੰਚ ਗਏ ਸੀਗੇ। ਸਰ 40 ਹਜ਼ਾਰ ਉਹਨੇ ਬੈਂਕ ਵਿੱਚੋਂ ਕਢਾਇਆ, 67 ਹਜ਼ਾਰ ਦੀ ਅਸ਼ੋਕਾ ਦੇ ਪੇਮੈਂਟ ਕੀਤੀ ਹੈ। ਹਾਂਜੀ ਹਾਂਜੀ ਹਾਂਜੀ।